कोरोना महामारी से जहां आमजन अधिकतर समस्याओं का सामना कर रहा है, तो वहीं दूसरी ओर राज्य सरकारें हों या प्रशासनिक इकाइयां इस दौर में जन कल्याण हेतु हर सफल प्रयास कर रही है। किंतु जन समस्याएं तो आज की नई बात नहीं है। समाज में यदि समस्याएं पैदा होती हैं तो उसका हल भी सिस्टम निकालता जरूर है। ऐसा ही एक वाक्य चंडीगढ़ में शनिवार को देखने को मिला, जहां सेक्टर 39 स्थित अपने निवास स्थान पर डेरा बाबा नानक से विधायक और पंजाब सरकार में सहकारिता व जेल मंत्री सुखजिंदर सिंह रंधावा लोगों की समस्याओं को वीडियो कॉन्फ्रेंसिंग के माध्यम से सुनते नजर आए और समस्याएं सुनने के साथ ही अपने पास मौजूद अधिकारियों से उन शिकायतों का निपटान करने के निर्देश भी देते रहे। बता दें कि मंत्री सुखजिंदर रंधावा लोगों की समस्याओं को पिछले एक वर्ष से निपटाते आ रहे हैं। आधुनिक युग में डिजिटल तकनीक से दूर दराज बैठे लोगों के लिए मंत्री रंधावा कोई मसीहा से कम नहीं है। इस संदर्भ में मंत्री सुखजिंदर रंधावा ने अर्थ प्रकाश से विशेष बातचीत की, चलिए दिखाते हैं। एक साल हो गया और ये नाल ही जिते पिंड दे विच लोग वीडियो कॉल भी कर लेंदे ने कि जिहड़े ते पिंडां दी डिवेलपमेंट चलदी उह तो खुद क्या काम हो गया आ नहीं होया। तो ये बाद हर रोज़ 10 to 15 पंचायतां जिहड़ियां ने पूरी पूरी दी पूरी फुल पंचायत वह आके अपने पिंडां दी जिहड़ी आ डिमांड करदी है। पर जिहड़ी वीडियो कॉन्फ्रेंस जिहड़ी है जदों कोरोना करके लॉकडाउन स्टार्ट होया तो उहदे बाद लोकां दे विच ज़्यादा अवेयरनैस आई है कि उहनां नूं अपने ਜਿਹੜੇ ਕੰਮ ਨੇ ਉਹਨਾਂ ਨੇ ਕਰਾਉਣੇ ਹੁੰਦੇ ਆ ਅਤੇ ਚੰਡੀਗੜ੍ਹ ਆਉਣਾ ਵੀ ਬੰਦ ਹੋ ਗਿਆ, ਪਿੰਡ ਜਾਣਾ ਲੋਕਾਂ ਨੂੰ ਇਕੱਠੇ ਹੋਣਾ ਮੁਸ਼ਕਿਲ ਆਉਂਦੀ ਹੈ। ਅਤੇ ਉਹਦੇ 'ਚ ਕਲਾਨੌਰ ਵੀਡੀਓ ਆਫਿਸ ਔਰ ਡੇਰਾ ਬਾਬਾ ਨਾਨਕ ਦੇ ਵੀਡੀਓ ਆਫਿਸ ਦੋਨਾਂ ਥਾਵਾਂ 'ਤੇ ਔਰ ਮੇਰੇ ਪਿੰਡ ਤਿੰਨ ਥਾਵਾਂ 'ਤੇ ਵੱਖਰੇ ਵੱਖਰੇ ਟਾਈਮ ਰੱਖੇ ਕਿ ਲੋਕ ਉੱਥੇ ਆ ਕੇ ਆਪ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੇ ਪਿੰਡਾਂ ਦੀ ਡਿਵੈਲਪਮੈਂਟ ਜਾਂ ਕੋਈ ਉਹਨਾਂ ਦੇ ਆਪਣੇ ਨਿੱਜੀ ਕੰਮ ਨੇ ਉਹ ਵੀਡੀਓ ਕਾਨਫਰੰਸ ਦੇ ਰਾਹੀਂ। ਠੀਕ ਹੈ, ਇਹ ਜਿਹੜੀ ਵੀਡੀਓ ਕਾਨਫਰੰਸ ਦਾ ਇਹ ਫਾਇਦਾ ਹੈਗਾ ਕਿ ਇਹ ਗੱਲ ਹੋ ਜਾਂਦੀ ਕਿ ਅਸੀਂ ਇੱਕ ਦੂਜੇ ਦੇ ਸਾਹਮਣੇ ਜਿਵੇਂ ਬੈਠੇ ਹਾਂ ਉਹ ਗੱਲ ਕਰਕੇ ਉਹਨਾਂ ਨੂੰ ਸੈਟਿਸਫੈਕਸ਼ਨ ਵਰਕਰਾਂ ਨੂੰ ਹੋ ਜਾਂਦੀ ਕਿ ਮੇਰਾ ਕੰਮ ਜਿਹੜਾ ਕਹਿ ਦਿੱਤਾ ਗਿਆ ਔਰ ਮੇਰੀ ਜਿਹੜੀ ਗਲੈਂਸਿਸ ਨੇ ਉਹ ਦੂਰ ਹੋ ਗਏ, ਇਹਦੇ 'ਚ ਇਹ ਫਾਇਦਾ। ਔਰ ਜਿਹੜੇ ਟੈਲੀਫੋਨ ਦੇ ਵਿੱਚ ਕਿਸੇ ਨੂੰ ਦੱਸ ਜੀ ਟੈਲੀਫੋਨ ਮੈਂ ਬਾਅਦ 'ਚ ਕਰਾਂਗਾ, ਨਾਲ ਦੀ ਨਾਲ ਹੀ ਤੁਸੀਂ ਦੇਖਿਆ ਹੀ ਆ ਕਿ ਉਹ ਜੋ ਬੈਠੇ ਨੇ ਇੱਥੋਂ ਨਾਲ ਹੀ ਟੈਲੀਫੋਨ ਮਿਲਾ ਕੇ ਉਹਨਾਂ ਦੀ ਗੱਲ ਸੁਣ ਕੇ ਉਸ ਆਫਿਸਰ ਨੂੰ ਕੰਮ ਜਿਹੜਾ ਕਹਿ ਦਿੱਤਾ ਜਾਂਦਾ। ਡੇਲੀ ਕਰ ਰਹੇ ਮੰਤਰੀ? ਆਲਮੋਸਟ ਇਹਨਾਂ ਦਿਨਾਂ 'ਚ ਤਾਂ ਹੁਣ ਡੇਲੀ ਕਰੀਦੀ ਹੈ। ਅਦਰਵਾਈਜ਼ ਡੇਲੀ ਮੇਰੇ ਕੱਲ੍ਹ 150-200 ਬੰਦੇ ਨਾਲ ਗੱਲ ਹੋ ਜਾਂਦੀ ਹੈ। ਅੱਜ ਕਿੰਨੇ ਵਜੇ ਸ਼ੁਰੂ ਕੀਤੀ ਜੀ ਮੰਤਰੀ? ਅੱਜ ਤਕਰੀਬਨ ਹਰ ਰੋਜ਼ ਹੀ 8 ਵਜੇ ਤੋਂ ਲੈ ਕੇ 10-11 ਵਜੇ ਤੱਕ ਜਦੋਂ ਵੀ ਉਹ ਪੂਰੇ ਹੋ ਜਾਂਦੇ ਉਦੋਂ ਖਤਮ ਕਰ। ਤੁਸੀਂ ਫਸਟ ਟਾਈਮ ਮੇਰੇ ਖਿਆਲ ਇੱਦਾਂ ਕਰਦਾ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਨਹੀਂ, ਫਸਟ ਟਾਈਮ ਤਾਂ ਮੈਨੂੰ ਤਾਂ 1 ਸਾਲ ਹੋ ਗਿਆ ਵੈਸੇ ਕਰਦਿਆਂ ਨੂੰ, ਪਰ ਇਹ ਜ਼ਰੂਰ ਹੈ ਕਿ ਲੋਕਾਂ ਦਾ ਇੱਕ ਖਰਚਾ ਜਿਹੜਾ ਉਹ ਖਤਮ ਹੋ ਗਿਆ। ਜਿਹੜਾ ਗਰੀਬ ਆਦਮੀ ਚੰਡੀਗੜ੍ਹ ਨਹੀਂ ਆ ਸਕਦਾ ਜਾਂ ਕਿਸੇ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਨਹੀਂ ਜਾ ਸਕਦਾ, ਉਹਨਾਂ ਨੂੰ ਪਿੰਡ ਆਉਣਾ ਮੇਰੇ ਉੱਥੇ ਉਹਨਾਂ ਨੂੰ ਸੌਖਾ। ਆ ਤੁਸੀਂ ਦੇਖਿਆ ਕਿ ਜਿਵੇਂ ਕਈ ਵਿਚਾਰੇ ਗਰੀਬ, ਬਹੁਤ ਹੀ ਗਰੀਬ ਜਿਹੜੇ ਨੇ ਜਾਂ ਜਿਹੜੀਆਂ ਲੇਡੀਜ਼ ਨੇ ਉਹ ਨਹੀਂ ਚੰਡੀਗੜ੍ਹ ਆ ਸਕਦੀਆਂ, ਉਹ ਪਿੰਡ ਪਹੁੰਚ ਕੇ ਆਪਣਾ ਕੰਮ ਕਰਵਾ ਲਏ। ਆਈਡੀਆ ਜਾਂ ਇੰਸਪੀਰੇਸ਼ਨ ਆਈ ਕਿਹਨਾਂ ਤੋਂ, ਕਿੱਥੋਂ ਦੇਖ ਕੇ ਤੁਸੀਂ ਆਈਡੀਆ ਲਿਆ? ਆਈਡੀਆ ਤਾਂ ਵੈਸੇ ਜਿਹੜੇ ਮੈਂ ਆਪ ਹੀ ਲਿਆ ਸੀ ਕਿ ਉਹ ਕਿਉਂਕਿ ਆਪ ਜਦੋਂ ਬੈਠੇ ਅਤੇ ਕੋਆਪਰੇਟਿਵ ਬੈਂਕ ਦੇ ਵਿੱਚ ਜਿਹੜੀ ਵੀਡੀਓ ਕਾਨਫਰੰਸ ਜਾਂ ਜੇਲ੍ਹਾਂ ਦੇ ਵਿੱਚ ਮੈਂ ਜਦੋਂ ਗਿਆ ਅਤੇ ਉਹਨਾਂ ਦੀ ਵੀਡੀਓ ਕਾਨਫਰੰਸ ਰਾਹੀਂ ਜਿਹੜੀਆਂ ਪੇਸ਼ੀ ਹੁੰਦੀ ਹੈ ਉਹ ਮੈਂ ਜੇਲ੍ਹ 'ਚ ਦੇਖਿਆ ਕਿ ਬਿਲਕੁਲ ਇਹ ਤਾਂ ਬੜਾ ਵਧੀਆ ਸਿਸਟਮ ਆ। ਅਤੇ ਮੈਂ ਆਪ ਰਿਗਾਰਡਿੰਗ ਕੋਲ ਸਟਾਰਟ ਕਰ ਲਿਆ ਕਿ ਲੋਕਾਂ ਨੂੰ ਕਿਹਾ ਕਿ ਤੁਸੀਂ ਕਿਰਾਇਆ ਜਾਂ ਆਪਣਾ ਟਾਈਮ ਵੇਸਟ ਕਰਨ ਦੀ ਬਜਾਏ ਪਿੰਡ ਜਾਓ ਅਤੇ ਮੇਰੇ ਨਾਲ ਉਹਦੇ 'ਤੇ ਗੱਲ ਕਰ ਲਓ। ਜਿਹੜਾ ਫਿਜ਼ੀਕਲੀ ਅਤੇ ਵੀਡੀਓ ਕਾਨਫਰੰਸ 'ਚ ਮਿਲਦੇ ਹੋ, ਕੋਈ ਫਰਕ ਮਹਿਸੂਸ ਹੋਇਆ ਕਿ ਇਕੁਲੈਂਟ ਹੈ? ਕੋਈ ਫਰਕ ਮਹਿਸੂਸ ਨਹੀਂ ਹੋਇਆ ਕਿ ਜੇ ਫਿਜ਼ੀਕਲੀ, ਇਹ ਵੀ ਫਿਜ਼ੀਕਲੀ ਇੱਕ ਕਿਸਮ ਦਾ ਅਗਰ ਤੁਸੀਂ ਦੇਖਿਆ ਹੀ ਹੁਣ ਅਤੇ
ਮੇਰੇ ਖਿਆਲ ਹੈ ਕਿ ਜਿਹੜੇ ਉਹਦੇ ਨਾਲੋਂ ਇਹ ਜ਼ਿਆਦਾ ਬੈਟਰ ਹੈ ਕਿ ਉਹਦੇ 'ਚ ਲੋਕ ਧੱਕਮ ਧਕਾਉਣ ਲੱਗ ਪੈਂਦੇ ਕਿ ਮੇਰੀ ਜਲਦੀ ਗੱਲ ਹੋ ਜਾਵੇ। ਇਹਦੇ 'ਚ ਇਹ ਹੈ ਕਿ ਆਰਾਮ ਨਾਲ ਸਾਰਿਆਂ ਦੇ ਔਰ ਉਹਦੇ ਨਾਲੋਂ ਜਲਦੀ ਜਿਹੜੀ ਆ ਡਿਲੀਵਰੀ ਹੋ ਰਹੀ ਹੈ ਕਿ ਉਹਦੇ 'ਚ ਟਾਈਮ ਲੱਗ ਜਾਂਦਾ, ਇਹਦੇ 'ਚ ਆਪਣਾ ਟੂ ਦੀ ਪੁਆਇੰਟ ਗੱਲ ਕਰਦੇ ਔਰ ਜਲਦੀ ਵਿਹਲੇ ਹੋਈ ਜਾਂਦੇ। ਅਤੇ ਕਿੱਥੇ ਕਿੱਥੇ ਤੁਸੀਂ ਕਹਿ ਰਹੇ ਸੀ ਲਗਾਏ ਹੋਏ ਵੀਡੀਓ ਸੈੱਟ ਤੁਹਾਡੇ ਉੱਥੇ ਵੀਡੀਓ ਆਫਿਸ ਡੇਰਾ ਬਾਬਾ ਨਾਨਕ ਔਰ ਵੀਡੀਓ ਆਫਿਸ ਧਾਰੀਵਾਲ ਦੇ ਵਿੱਚ ਮੇਰੇ 35 ਪਿੰਡ ਆਉਂਦੇ, ਉੱਥੇ ਪਰਸੋਂ ਸਰਪੰਚਾਂ ਨੇ ਆ ਕੇ ਕੀਤੀ ਸੀ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਵਿੱਚ ਤਿੰਨਾਂ ਵੀਡੀਓ ਆਫਿਸ ਦੇ ਵਿੱਚ ਜਿਹੜੇ ਦਿਨ ਰੱਖੇ ਨੇ ਪੰਚਾਇਤਾਂ ਨੇ। ਤੁਹਾਡੇ ਆਈਡੀਆ ਤੋਂ ਕੋਈ ਹੋਰ ਵੀ ਮਿਨਿਸਟਰ ਸਾਹਿਬਾਨ ਇੰਸਪਾਇਰਡ ਹੋਏ? ਕਈ ਦੇਖ ਕੇ ਗਏ ਨੇ, MLA ਵੀ ਦੇਖ ਕੇ ਜਾਂਦੇ ਜਦੋਂ ਮੈਂ ਬੈਠਾ ਉਹਨਾਂ 'ਤੇ, ਉਹ ਜਦੋਂ ਦੇਖਦੇ ਤਾਂ ਉਹ ਵੀ ਕਹਿੰਦੇ ਤੇ ਅਸੀਂ ਵੀ ਇਹ ਕੰਮ ਕਰਾਂਗੇ। ਮੰਤਰੀ ਵੀ ਦੇਖ ਕੇ ਗਏ ਨੇ, ਆਸ਼ੂ ਜੀ ਵੀ ਆਏ, ਕਹਿੰਦੇ ਕਹਿੰਦੇ ਸਭ ਤੋਂ ਬੈਸਟ ਹੈ ਸਾਡੇ ਵਾਸਤੇ ਵੀ ਐਜ਼ ਅ ਜਰਨਲਿਸਟ ਅਸਟੋਨਿਸ਼ਿੰਗ ਸੀਗਾ ਵੀ ਜਿਵੇਂ ਤੁਸੀਂ ਮਤਲਬ ਇੰਸਟੈਂਟਲੀ ਕੰਮ ਕਰ ਰਹੇ ਹੋ, ਅੱਛਾ ਲੱਗਿਆ। ਆਪਾਂ ਇਹਦੇ 'ਚ ਇਹੀ ਹੈ ਕਿ ਇਹਦੇ ਜਿਹੜਾ ਕਰੋਨਾ ਕਰਕੇ ਕਿ ਉਹ ਵੀ ਲੋਕ ਜਿਹੜੇ ਡਿਸਟੈਂਸਿੰਗ ਰੱਖਣ, ਅਤੇ ਇਹਦੇ 'ਚ ਸਭ ਤੋਂ ਬੈਸਟ ਇਹੀ ਹੈ ਕਿ ਕੰਮ ਵੀ ਸਾਡੇ ਸਾਰੇ ਚਲੇ ਜਾ ਰਹੇ ਨੇ ਔਰ ਉਹ ਵੀ ਚੱਲ ਰਿਹਾ। ਜਿੱਦਾਂ ਤੁਸੀਂ ਪਰਸਨਲੀ ਨਾਮ ਲੈ ਰਹੇ ਸੀ, ਜਿਹੜਾ ਤੁਹਾਡੇ ਇੰਨੀ ਮੈਮੋਰਾਈਜ਼ ਕਿਵੇਂ ਕੀਤਾ? ਵੇਖੋ ਇਹ ਤਾਂ ਹੁਣ ਕਿੰਨਾ, ਮੇਰੇ ਫਾਦਰ ਰਹੇ ਨੇ 60 ਸਾਲ ਤੋਂ ਪੋਲੀਟਿਕਸ ਵਿੱਚ ਹੈ, ਅਤੇ ਮੇਰੇ ਖਿਆਲ ਜਿੰਨੀ ਕੁ ਏਜ ਹੈ ਉਹਨੇ ਉਹਨਾਂ ਉਹ ਲੋਕ ਜਿਹੜੇ ਪਰਿਵਾਰ ਨੇ ਉਦੋਂ ਹੀ ਤੁਰੇ ਹੁੰਦੇ ਉਹਨਾਂ ਦੇ ਫਿਰ ਨਾਂ 'ਤੇ। ਵੇਖੋ ਇਹ ਜਿਹੜੇ ਵਰਕਰ ਹੁੰਦੇ ਆ ਇਹ ਪਰਿਵਾਰਕ ਮੈਂਬਰਾਂ ਨਾਲੋਂ ਵੀ ਵੱਧ ਇਹ ਜਾਣ ਪਛਾਣ ਰੱਖਦੇ ਆ ਔਰ ਜਦੋਂ ਪਿੰਡਾਂ 'ਚ ਜਾਈਦਾ ਅਤੇ ਜਿੰਨੀ ਇਹ ਸੇਵਾ ਜਾਂ ਜਿੱਦਾਂ ਸਾਨੂੰ ਮਿਲਦੇ ਨੇ ਇਹ ਤਾਂ ਆਪਣੇ ਬੱਚਿਆਂ ਨੂੰ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਸਾਨੂੰ ਮਿਲਦੇ। ਇਹ ਆਪਣੇ ਹਲਕੇ ਨਹੀਂ ਜੇ ਦਿੰਦੇ ਹੋ ਟਾਈਮ, ਜੇ ਪਬਲਿਕ ਬਾਹਰਲੇ ਜਿਵੇਂ ਮੰਤਰੀ ਹੋ ਤੁਸੀਂ ਨਹੀਂ, ਉਹ ਤਾਂ ਫਿਰ ਜ਼ੂਮ 'ਤੇ ਉਹਨਾਂ ਨੂੰ ਕਰਨਾ ਪਏਗਾ, ਅਤੇ ਇਹ ਤਾਂ ਜੇ ਇਲਾਕੇ ਦਾ ਹੀ ਰੱਖਿਆ ਕਿਉਂਕਿ ਉਹ ਪੋਸੀਬਲ ਨਹੀਂ ਗਾ ਕਿ ਹਰ ਬੰਦੇ ਨੂੰ ਜ਼ੂਮ 'ਤੇ ਲੈ ਕੇ ਆਉਣਾ। ਕਰੋਨਾ ਦਾ ਕੀ ਹਾਲ ਹੈ ਮੰਤਰੀ ਜੀ ਉੱਥੇ ਤੁਹਾਡੇ ਆਪਣੇ ਜਿਹੜਾ ਵਿਧਾਨਸਭਾ ਖੇਤਰ ਹੈ? ਕੋਵਿਡ ਦਾ ਸਾਡੇ ਡੇਰਾ ਬਾਬਾ ਨਾਨਕ 'ਚ ਇੱਕ ਦਿਨ ਆਏ ਸੀ ਕਿ ਕੋਈ 25-26 ਆਏ ਸੀ, ਉਹਦੇ ਬਾਅਦ ਅਸੀਂ ਟੋਟਲ ਲੋਕਡਾਊਨ ਉਹਨੂੰ 10 ਦਿਨ ਦੀ ਕਰ ਦਿੱਤਾ, ਉਹਦੇ ਬਾਅਦ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ। ਕੋਈ ਇਲਾਕੇ 'ਚ ਸਰਦਾਰ ਸੰਤੋਖ ਸਿੰਘ ਰੰਧਾਵਾ ਦੀ ਵੀ ਕੋਈ ਬਣਾਈ ਹੈ ਯਾਦਗਾਰ ਜਾਂ ਕੁਛ? ਨਹੀਂ, ਅਸੀਂ ਆਪਣੇ ਪਿੰਡ ਹੀ ਰੱਖੀ ਹੈ ਜੀ, ਆਪਣੇ ਉਹਨਾਂ ਦੇ ਆਪਣੇ ਖੇਤਾਂ 'ਚ ਉਹਨਾਂ ਦੀ ਯਾਦਗਾਰ ਬਣਾਈ ਹੈ, ਅਤੇ ਬਣਾਉਣੀ ਚਾਹੀਦੀ ਹੈ। ਹੁਣ ਵੀ ਕੋਈ ਬੱਚੇ ਯਾਦਗਾਰ ਹੁੰਦੇ ਨੇ, ਅਤੇ ਜੇ ਬੱਚੇ ਕੰਮ ਕਰਨ ਅਤੇ ਉਹ ਯਾਦਗਾਰ ਹੁੰਦੀ ਹੈ, ਅਤੇ ਜੇ ਬੱਚੇ ਕੰਮ ਨਾ ਕਰਨ ਤਾਂ ਜਿੰਨੀ ਮਰਜ਼ੀ ਉਹਨਾਂ ਦੇ ਉੱਥੇ ਮੈਮੋਰੀਅਲ ਬਣਾ ਦਿਉ, ਅਤੇ ਜੇ ਉਹਨਾਂ ਦੀ ਅੱਗੇ ਲੈਗੇਸੀ ਨਹੀਂ ਚੱਲੇਗੀ ਤਾਂ ਉਹ ਮੇਰੇ ਖਿਆਲ ਯਾਦਗਾਰਾਂ ਬਹੁਤੀ ਦੇਰ ਨਹੀਂ ਚੱਲਦੀਆਂ। ਮੈਨੂੰ ਵੀ ਜਦੋਂ ਮੈਂ ਜਾ ਕੇ ਕਿਤੇ ਸਟੇਜ 'ਤੇ ਖਲੋਂਦਾ ਜਾਂ ਕਿਸੇ ਨੂੰ ਮਿਲਣ ਨੂੰ ਜਾਂਦਾ ਤਾਂ ਉਹ ਮੈਨੂੰ ਇਹੋ ਹੀ ਕਹਿੰਦੇ ਕਿ ਸਰਦਾਰ ਸੰਤੋਖ ਸਿੰਘ ਰੰਧਾਵਾ ਦਾ ਲੜਕਾ ਆਇਆ, ਬਾਅਦ 'ਚ ਮੈਨੂੰ ਸੁਖਜਿੰਦਰ ਸਿੰਘ ਕਹਿੰਦੇ ਨੇ ਕਿ ਇਹ ਜੀ ਬਿਲਕੁਲ ਆ ਜੀ, ਤਾਂ ਉਹਨਾਂ ਕਰਕੇ ਆ ਗਈ ਜਿੱਥੇ ਮੈਂ ਬੈਠਾ ਉਹਨਾਂ ਕਰਕੇ। ਜਦੋਂ ਉੱਥੇ ਬੈਠਦੇ ਨੇ ਬਲੋਗ ਦੇ ਵਿੱਚ ਬੈਠਦੇ ਉੱਥੇ ਵੀਡੀਓ ਔਰ ਵੀਡੀਓ ਤਕਰੀਬਨ ਸਾਨੂੰ ਚਾਹੀਦੇ ਹੁੰਦੇ ਕਿਉਂਕਿ ਡਿਵੈਲਪਮੈਂਟ ਦਾ ਕੰਮ ਵੀਡੀਓ ਨਹੀਂ ਕਰਨਾ, ਉੱਥੇ ਤਿੰਨਾਂ ਬਲੋਕਾਂ ਦੇ ਵੀਡੀਓ ਜਿਹੜੇ ਉਹਨਾਂ ਸਰਪੰਚਾਂ ਨਾਲ ਅਤੇ ਪੰਚਾਇਤ ਸੈਕਟਰੀ ਅਤੇ ਉੱਥੋਂ ਦੇ ਮਨਰੇਗਾ ਦੇ ਔਰ ਜਿਹੜੇ ਗ੍ਰਾਮ ਸੇਵਕ ਨੇ ਉਹ ਨਾਲ ਬੈਠੇ ਹੁੰਦੇ ਹਰ ਪੰਚਾਇਤ ਦੇ। ਅਰਧ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇਂ, ਬੈਲ ਆਈਕਨ ਕਾ ਬਟਨ ਦਬਾਏਂ ਔਰ ਦੇਖੇਂ ਤਾਜ਼ਾ ਅਪਡੇਟਸ ਔਰ ਕਮੈਂਟ ਬਾਕਸ ਮੇਂ ਆਪਣੇ ਮੂਲਯਵਾਨ ਸੁਝਾਅ।